ਨਮਸਕਾਰ, ਮੈਂ ਤੁਹਾਡਾ ਆਪਣਾ ਰਿਸ਼ਪਾਲ ਬੱਲੂ ਆ। ਤੁਸੀਂ ਜੁੜ ਗਏ ਹੋ ਆਰਸੀ ਵੱਲੋਂ ਬਲਾਓ ਦੇ ਨਾਲ, ਔਰ ਤੁਸੀਂ ਵੇਖ ਰਹੇ ਹੋ ਮੇਰੇ ਬੈਕ ਸਾਈਡ 'ਤੇ। ਇਸ ਵਕਤ ਮੈਂ ਖੜ੍ਹਾ ਰਾਮਲੀਲਾ ਗਰਾਊਂਡ ਦੇ ਵਿੱਚ, ਜਿੱਥੇ ਤਿਆਰੀਆਂ ਹੋ ਰਹੀਆਂ ਨੇ, ਔਰ ਅੱਜ ਬਹੁਤ ਹੀ ਜ਼ਬਰਦਸਤ ਸ਼ੁਭ ਦਿਨ ਹੈ। ਭਗਵਾਨ ਭੋਲੇ ਸ਼ੰਕਰ, ਸ਼ਿਵਰਾਤਰੀ, ਔਰ ਉਹਨਾਂ ਦੀ ਬਰਾਤ ਦਾ ਆਗਮਨ ਅੱਜ ਇੱਥੇ ਹੋਵੇਗਾ, ਔਰ ਉਹਨਾਂ ਦੀ ਸਵਾਗਤ ਦੇ ਲਈ ਤੁਸੀਂ ਦੇਖ ਰਹੇ ਹੋ ਪਿੱਛੇ ਤਿਆਰੀਆਂ ਹੋ ਰਹੀਆਂ ਨੇ। ਮੈਂ ਤੁਹਾਨੂੰ ਵਿਖਾਉਣ ਜਾ ਰਿਹਾ ਵੀਡੀਓ ਦੇ ਨਾਲ ਜੁੜੇ ਜਾਣਾ। ਪਕਵਾਨ ਇੱਥੇ ਤਿਆਰ ਹੋ ਰਹੇ ਨੇ, 56 ਪ੍ਰਕਾਰ ਦੇ ਭੋਜਨ ਜੋ ਹੈ ਉਹ ਇੱਥੇ ਤਿਆਰ ਹੋਣਗੇ। ਰਾਸ਼ਨ ਬਿਲਕੁਲ ਤਿਆਰ, ਔਰ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ, ਲਗਾਤਾਰ ਕੰਮ ਕਰ ਰਹੇ ਨੇ। ਭੰਡਾਰਾ ਤਿਆਰ ਹੋ ਰਿਹਾ ਬਰਾਤੀਆਂ ਦੇ ਖਾਣ ਪੀਣ ਦੇ ਲਈ, ਸੰਗਤ ਦੇ ਲਈ ਪ੍ਰੋਗਰਾਮ ਦੀਆਂ ਤਿਆਰੀਆਂ ਹੋ ਰਹੀਆਂ ਨੇ। ਸਾਊਂਡ ਸਿਸਟਮ ਜੋ ਹੈ ਉਹ ਲੱਗ ਚੁੱਕਿਆ, ਬਹੁਤ ਵੱਡੇ ਵੱਡੇ ਕਲਾਕਾਰ, ਨਾਮੀ ਕਲਾਕਾਰ ਇੱਥੇ ਪਹੁੰਚ ਰਹੇ ਨੇ। ਅਤੇ ਮੇਰੀ ਬੈਕ ਸਾਈਡ 'ਤੇ ਨੇ ਪ੍ਰਧਾਨ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੈ ਸ਼ੰਕਰ ਜੀ, ਸਾਰਿਆਂ ਨੂੰ ਜੈ ਸ਼ੰਕਰ ਜੀ। ਸ਼੍ਰੀ ਚਟੇਸ਼ਵਰ ਮਹਾਂਦੇਵ ਸੇਵਾ ਸਮਿਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਭੋਲੇਨਾਥ ਜੀ ਦਾ ਬਵੇ ਸਵਾਗਤ, ਬਰਾਤ ਦਾ ਸਵਾਗਤ ਕਰ ਰਾਮਲੀਲਾ ਗਰਾਊਂਡ ਦੇ ਵਿੱਚ ਹੋ ਰਿਹਾ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਭੋਲੇਨਾਥ ਜੀ ਦਾ ਸ਼ੀਵਾ ਪ੍ਰਾਪਤ ਕਰਨ ਲਈ ਰਾਮਲੀਲਾ ਗਰਾਊਂਡ ਵਿਖੇ ਪਹੁੰਚੋ। ਇਹ ਬਰਾਤ ਮਹਿਤਾ ਸ਼ਵਾਲਾ ਗਾਂਧੀ ਚੌਂਕ ਤੋਂ ਆ ਰਹੀ ਹੈ, ਜਿਨ੍ਹਾਂ ਦਾ ਨਿੱਘਾ ਸਵਾਗਤ ਸਾਡੀ ਸੰਸਥਾ ਵੱਲੋਂ ਕੀਤਾ ਜਾ ਰਿਹਾ। ਜੈ ਸ਼ੰਕਰ। ਥਾਂ ਥਾਂ 'ਤੇ ਭੋਲੇ ਸ਼ੰਕਰ ਦੀ ਬਰਾਤ ਦੇ ਲਈ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ। ਮਾਰਕੀਟ ਵਾਲਿਆਂ ਨੇ ਵੀ ਲੰਗਰ ਲਾਇਆ, ਬਹੁਤ ਹੀ ਸ਼ਾਨਦਾਰ ਫੁੱਲ ਬਾਜ਼ਾਰ ਵਾਲਿਆਂ ਨੇ। ਜੈ ਭੋਲੇਨਾਥ। ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਹੋ ਰਹੀਆਂ ਨੇ, ਮੌਸਮ ਵੀ ਬਹੁਤ ਹੀ ਸ਼ਾਨਦਾਰ ਹੋ ਰੱਖਿਆ, ਬਸ ਇੰਤਜ਼ਾਰ ਬਰਾਤ ਦਾ।
ਬੋਲੀਏ ਸ਼ੁਕਰਵਾਨ ਕੀ ਕਰਤਾ ਤੇਰੀਆਂ।
ਵੀ ਦਮ ਹੋਤਾ ਹੈ, ਤਾਲੀ ਵਹੀ ਲਗਾਤੇ ਹੈ ਜਿਨਕੇ ਹੱਥ ਮੇਂ ਦਮ ਹੋਤਾ ਹੈ। ਸਾਰਿਆਂ ਦਾ ਸਵਾਗਤ ਹੈ, ਸਾਰਿਆਂ ਦੇ ਚਰਨਾਂ ਵਿੱਚ ਸਾਡਾ ਕੋਟੀ ਕੋਟੀ ਪ੍ਰਣਾਮ ਹੈ। ਔਰ ਜਿਨ੍ਹਾਂ ਵੀ ਖਜ਼ਾਨੇ ਚੋਂ ਆਇਆ ਆਈ ਹੈ ਖਜ਼ਾਨੇ ਭੋਲੇ ਨਾਥ ਭਗਵਾਨ ਭਰਪੂਰ ਰੱਖਣ ਨਾਲ ਨਾਲ ਮਕਸਦ ਚੜ੍ਹਦੀ ਕਲਾ ਬਖਸ਼ਣ। ਸਵਾਲ ਜਿਹੜੀ ਫਰਮਾਇਸ਼ ਹੈ ਭੋਲੇ ਜੀ ਪ੍ਰਾਤ ਚੋਂ ਵੀ ਸੱਜ ਧੱਜ ਕੇ ਸਾਰਿਆਂ ਨੂੰ ਭੰਗ ਭੁੱਤੀ ਰਾਜ ਰਾਜ ਦੇ। ਸਰ ਕੈਲਾਸ਼ ਪਰਬਤ ਮਗਨ ਹੋ ਗਿਆ, ਸਰ ਕੈਲਾਸ਼ ਪਰਬਤ ਮਗਨ
ਜਦ ਕੋਲੇ ਨਾਥ ਨੇ ਰਕਸ਼ ਦਵਾਰ ਵਜਾਇਆ, ਜਵਾਨ ਵਜਾਇਆ, ਜਵਾਨ ਵਜਾਇਆ, ਦਰਸ਼ਨ ਕਰਕੇ ਗੌਰਵਿਆ ਨੇ ਦਰਿਆ ਸੰਗ ਜਾਇਆ, ਇੰਨੀ ਖਾਸ ਜੀ ਕਬੂਲ ਕਰਿਓ ਜੀ, ਬਹੁਤ ਸਾਰਾ ਆਸ਼ੀਰਵਾਦ, ਬਹੁਤ ਸਾਰਾ ਪਿਆਰ। ਕਾਲੀ ਕੰਪਨੀ ਵਾਲੇ ਤੋਂ ਵੀ ਖੁਸ਼ੀ ਹੋਣਾ ਲੈ ਕੇ ਆਏ, ਵੈਲਕਮ ਹੈ ਜੀ ਜੀ ਆਏ ਨੂੰ। ਅੱਛੇ ਅੱਛੇ ਕਮੈਂਟ ਕਰੋ, ਲਾਈਕ ਕਰੋ, ਸ਼ੇਅਰ ਕਰੋ ਕਿ ਇਹਨਾਂ ਨੂੰ ਆਸ਼ੀਰਵਾਦ ਦਿਓ। ਹੁਣ ਸ਼ੰਕਰ ਭਗਵਾਨ ਕੀ ਜੈ।